ਚਲੋ ਬਸ। ਹੁਣ ਦਾਵਤ ਹਵੇਲੀ ਆ ਗਏ ਤੇ ਉਰੇ ਮਾੜਾ ਮੋਟਾ ਚਾਹ ਪਾਣੀ ਪੀ ਕੇ ਫਿਰ ਚੱਲਦੇ ਆ ਅੱਗੇ ਨੂੰ। ਹੁਣ ਲੈਪਟਾਪ ਲਾਇਆ ਚਾਰਜ, ਬਿਲਕੁਲ ਬੈਟਰੀ ਡੈਡ ਹੋ ਗਈ ਸੀ, ਮੂਵੀ ਦੇਖ ਲਾ ਰਿਹਾ ਸੀ ਮੈਂ ਤਾਂ ਵਿੱਚ ਦੀ। ਚਲੋ ਹੁਣ ਚੱਲੀਏ ਅੱਗੇ। ਓਕੇ ਜੀ ਹੁਣ ਚੱਲਦੇ ਅੰਦਰ। ਸੋ ਗੇਟ 6 ਤੋਂ 7 ਤੋਂ ਅੰਦਰ ਚੱਲਦੇ ਹਾਂ। ਲਓ ਜੀ ਆ ਬਾਈ ਵੀ ਮਿਲ ਗਏ। ਸੋ ਬੋਰਡਿੰਗ ਪਾਸ ਮਿਲ ਗਿਆ। ਵੇਟਿੰਗ ਰੂਮ ਕੀ ਨਹੀਂ, ਉੱਧਰ ਹੀ ਵਗ ਜਾਣੇ ਆ। ਆ ਜਾ ਰਹੇ ਹਾਂ, ਪਰ ਦੱਸਾਂ ਗਰਮੀ ਬਹੁਤ ਜ਼ਿਆਦਾ ਆ ਉਰੇ, ਅਤੇ ਮੇਰੇ ਤਾਂ ਪਸੀਨੇ ਪਸੀਨੇ ਆਇਆ ਪਿਆ ਗਾ। ਸਮਾਨ ਚੱਕ ਧਰ ਸਾਰਾ ਕੁਛ ਕਰ, ਬਹੁਤ ਕੁੱਤੇ ਪਕਾਈ ਲੱਗਦੀ ਆ। ਬੈਠੇ ਹਾਂ, ਵੇਟ ਕਰ ਰਹੇ ਹਾਂ ਫਲਾਈਟ ਦੀ। ਦੇਖੋ ਬਈ ਪਿੱਛੇ ਜਹਾਜ਼ ਲੱਗ ਗਿਆ, ਹੁਣ ਇਹ 'ਚ ਕਰਾਂਗੇ ਐਂਟਰ। ਅੱਜ ਵੈਸੇ ਵੀ ਰਸ਼ ਬਹੁਤ ਜ਼ਿਆਦਾ ਸੀ। ਆਹ ਵੀਰ ਜੀ ਵੀ ਉਰੇ ਮਿਲੇ ਨੇ, ਹੁਣ ਆਪਾਂ ਬਹਿ ਗਏ, ਪਰ ਮੇਰੇ ਨਾਲ ਕੋਈ ਨਹੀਂ ਆਇਆ। ਟੇਸਟ ਵੈਸੇ ਹੈਗਾ ਖੱਟਾ। ਸਟਾਰਟ ਹੋ ਗਿਆ। ਬ੍ਰੇਕਫਾਸਟ ਆਇਆ, ਬਸ ਹੁਣ ਲੈਂਡਿੰਗ ਕਰਾਂਗੇ ਬਈ। ਜਰਮਨੀ ਤਾਂ ਪਹੁੰਚ ਗਏ ਫਰੈਂਕਫਰਟ, ਅੱਗੇ ਦੀ ਫਿਰ ਫਲਾਈਟ ਦੇਖਦੇ ਹਾਂ ਕਿਹੜੀ ਆ। ਠੰਡ ਬਹੁਤ ਆ, ਹੁਣ ਅਗਲੀ ਫਲਾਈਟ ਵਾਸਤੇ ਦੇਖਦੇ ਹਾਂ ਕਿੱਧਰ 'ਤੇ ਜਾਣਾ ਗਾ। ਪੁੱਛਿਆ ਸੀ ਮੈਂ ਇੱਕ ਬਾਈ ਤੋਂ, ਕਹਿੰਦਾ B20 ਉਹਨੇ ਕਿਹਾ, ਬਾਕੀ ਤਾਂ ਹੋਰ ਕੁਛ ਪਤਾ ਨਹੀਂ ਲੱਗਿਆ ਹੈਗਾ। ਜਿੱਧਰ ਨੂੰ ਸਾਰੇ ਜਾਈ ਜਾਂਦੇ ਨੇ ਉੱਧਰ ਨੂੰ ਮੈਂ ਜਾਈ ਜਾਂਦਾ। ਹੁਣ ਤਾਂ ਲੱਗਾ ਸੀ ਬਹੁਤ ਵੱਡਾ ਏਅਰਪੋਰਟ ਹੋਣਾ ਫਰੈਂਕਫਰਟ ਦਾ, ਬਟ ਛੋਟਾ ਜਿਹਾ ਏਅਰਪੋਰਟ ਆ, ਕੋਈ ਜ਼ਿਆਦਾ ਨਹੀਂ। ਉਹ ਪਿੱਛੇ ਅੱਡਾ ਇਕੱਠ ਹੋਇਆ ਖੜਾ ਗਾ, ਉੱਥੇ ਦੇਖੀ ਜਾਂਦੇ ਨੇ ਸਾਡੀ ਫਲਾਈਟ ਤਾਂ ਲੇਟ ਆਇਆ। ਇੰਨੇ ਅਸੀਂ ਇੱਧਰ ਉੱਧਰ ਚੱਕਰ ਲਾ ਕੇ ਦੇਖਦੇ ਕੀ ਪ੍ਰੋਗਰਾਮ ਬਣਦਾ। ਇੱਥੇ ਅੱਗੇ ਨੂੰ ਜਾਂਦੇ ਹਾਂ ਕੁਛ ਖਾਣ ਪੀਣ ਵਾਸਤੇ, ਚਾਹ ਚੂਹ ਲੈਂਦੇ ਹਾਂ, ਦੇਖਦੇ ਹਾਂ ਕੀ ਮਿਲਦਾ ਗਾ ਉਰੇ। ਵਾਈਫਾਈ ਲੈਂਦੇ ਹਾਂ ਕਿਸੇ ਪਾਸਿਓਂ। 9 ਘੰਟੇ ਦੀ ਫਲਾਈਟ ਸੀ, ਦੁਬਾਰਾ ਫਿਰ 9 ਘੰਟੇ ਟੋਰਾਂਟੋ ਵਾਸਤੇ, ਫਿਰ ਵਿਨੀਪੈਗ ਵਾਸਤੇ ਤਾਂ ਲੰਬਾ ਚੱਕਰ ਪਿਆ, 2 ਦਿਨਾਂ ਹੀ ਲੰਘਣਗੇ। ਇਹਨਾਂ ਦੀ ਨਾ ਉਰੇ ਇੱਕ ਸ਼ੌਪ ਜੀ ਆ, ਉਹ ਸ਼ੌਪ 'ਤੇ ਆਉਣ ਵਾਸਤੇ 20 ਗੇਟ ਕਢਵਾ ਤੇ, ਇੱਕ ਦੁਕਾਨ ਜੀ ਆ ਉਹਦੀ ਦੁਕਾਨ ਜੀ। ਆਹ ਥੱਲੇ ਵੀ ਆ ਖਾਣ ਨੂੰ ਇਹਨਾਂ ਦਾ ਬਣਿਆ ਹੋਇਆ। ਹੁਣ ਥੋੜ੍ਹੀ ਜਿਹੀ ਫਲਾਈਟ ਆਈਆਂ ਨੇ ਅਤੇ ਹੁਣ ਉਰੇ ਰਸ਼ ਹੋ ਗਿਆ, ਨਿਚਲੇ ਪਾਸੇ ਆ ਗਏ। ਪਿੱਛੇ ਸ਼ੌਪਸ ਵੀ ਬਹੁਤ ਬਣੀਆਂ ਹੋਈਆਂ ਨੇ, ਦਾਰੂ ਦੂਰੂ ਸਿਗਰਟ ਹੋਰ ਖਾਣ ਪੀਣ ਨੂੰ ਸਾਰਾ ਕੁਛ ਮਿਲਦਾ ਗਾ ਉਰੇ। ਆ ਬਈ ਸਾਰੀ ਦਾਰੂ ਹੀ ਬਈ ਆ, ਖਾਣ ਪੀਣ ਵਾਲੀ ਚੀਜ਼ਾਂ ਘੱਟ ਨੇ, ਪੈਗ ਸ਼ੈਗ ਵਾਲੀਆਂ ਜ਼ਿਆਦਾ ਨੇ ਉਰੇ। ਆਹ ਕਿਵੇਂ ਸਜਾ ਸਜਾ ਕੇ ਰੱਖੀਆਂ ਹੋਈਆਂ ਨੇ, 500 ਯੂਰੋ ਦੀ, 800 ਯੂਰੋ ਦੀ ਬੋਤਲ, 1000 ਯੂਰੋ ਦੀ, ਮਤਲਬ 90,000 ਦੀ, ਲੱਖ ਦੀ। ਵੈਸੇ ਨਿਚਲੇ ਪਾਸੇ ਜ਼ਿਆਦਾ ਦੁਕਾਨਾਂ ਬਣੀਆਂ ਹੋਈਆਂ ਨੇ, ਤਾਂ ਨਿਚਲੇ ਪਾਸੇ ਆਉਣ ਵਾਸਤੇ ਸਾਰਾ ਕੁਛ ਲਿਖਾ ਲੈਂਦੇ ਨੇ। ਅਤੇ ਬਾਈ ਨੂੰ ਕਹਿੰਦੇ ਕਹਿੰਦੇ ਪੱਗ ਵੀ ਲਾ ਤੂੰ, ਫਿਰ ਮੈਂ ਸਮਝਾਇਆ, ਮੈਂ ਕਿਹਾ ਸਿਰ 'ਚ ਸਿਰਫ ਇੱਕ ਲੱਕੜ ਦਾ ਕੰਘਾ ਹੈਗਾ ਜਿਹਨੂੰ ਕਕਾਰ ਕਹਿੰਦੇ ਆ, ਵੀ ਸਾ ਸਿੰਬਲ ਫੋਰ ਸਿੱਖੀਜ਼ਮ। ਫਿਰ ਉਹਨਾਂ ਨੇ ਐਕਸਰੇ ਕੀਤਾ, ਦੇਖਿਆ ਉਹਦੇ ਵਿੱਚ ਕੁਛ ਇਤਰਾਜ਼ ਯੋਗ ਨਹੀਂ ਸੀ, ਫਿਰ ਆਉਣ ਦਿੱਤਾ। ਅਤੇ ਲੋਕ ਉਰੇ ਦਿਨੇ ਆਹ ਦਾਰੂ ਦਾ ਪ੍ਰੋਗਰਾਮ ਕਰੀ ਬੈਠੇ ਨੇ, ਬਾਕੀ ਹੋਰ ਬ੍ਰਾਂਡ ਬਣੇ ਹੋਏ ਨੇ। ਜੇ ਉਰੇ ਕਾਫੀ ਪੀਣ ਦਾ ਸੋਚ ਰਹੇ ਸੀ, ਕਾਫੀ ਪੀਣ ਵਾਸਤੇ ਪਹਿਲਾਂ ਕਹਿੰਦੇ ਐਕਸਚੇਂਜ ਕਰਾਓ। ਮੇਰੇ ਪਿੱਛੇ ਰੈੱਡ ਜਾ ਉਰੋ ਕਰੰਸੀ ਕਨਵਰਟ ਹੁੰਦੀ ਆ, ਅਤੇ ਮੈਂ ਕਿਹਾ ਮੈਨੂੰ 20 ਯੂਰੋ ਦੇ ਦਿਓ ਤੁਸੀਂ, 20 ਯੂਰੋ ਦੇ ਦਿਓ, ਸੋ ਦੈਟ ਆਈ ਕੈਨ ਹੈਵ ਮਾਈ ਲੰਚ। ਅਤੇ ਉਹ ਕਹਿੰਦੇ 20 ਯੂਰੋ ਵਾਸਤੇ ਤੁਹਾਨੂੰ $50 ਦੇਣੇ ਪੈਣਗੇ। ਜਿਹਨੇ $50 ਦਿੱਤੇ ਸੀ ਅਤੇ ਉਹਦੇ ਸਾਨੂੰ 21.5 ਯੂਰੋ ਦਿੱਤੇ ਨੇ, ਅਤੇ ਹੁਣ ਥੋੜ੍ਹਾ ਮੋਟਾ ਕੁਛ ਖਾਂਦੇ ਹਾਂ, ਭੁੱਖ ਬਹੁਤ ਜ਼ਿਆਦਾ ਲੱਗੀ ਸੀ। ਸੋ ਉਹ ਕੁਛ ਔਡਰ ਕੀਤਾ ਗਾ ਖਾਣ ਨੂੰ, ਚਾਹ ਔਡਰ ਕੀਤਾ ਅਤੇ ਬਾਕੀ ਕੌਫੀ।
ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਪਿਛਲੇ ਪਾਸੇ ਜਿੱਥੇ ਸਾਰੇ ਲੋਕ ਬੈਠੇ ਨੇ ਉੱਥੇ ਬੈਠ ਸਕਦੇ ਹਾਂ? ਕਹਿੰਦੇ ਨਹੀਂ, ਕਹਿੰਦੇ ਤੁਸੀਂ ਉੱਥੇ ਬੈਠ ਸਕਦੇ ਹੋ। ਬੜੇ ਖਰਾਬ ਨੇ ਇਹ। ਇਹਨਾਂ ਦੇ ਇੱਕ ਸੈਂਡਵਿਚ ਆ, ਚੀਜ਼ ਜੀ ਪਾ ਕੇ, ਵਿੱਚ ਟਮਾਟਰ ਜੇ ਪਾ ਕੇ, ਸਬਜ਼ੀ ਜੇ ਪਾ ਕੇ ਦੇ ਦਿੱਤੀ ਆ, ਅਤੇ ਕੌਫੀ ਇਹਨਾਂ ਨੇ ਦਿੱਤੀ ਆ, ਉਹ ਵੀ ਦਿਖਾ ਦਾ ਮੈਂ ਤੁਹਾਨੂੰ। ਓਨਲੀ ਬਲੈਕ ਕੌਫੀ ਵਿਦਆਊਟ ਮਿਲਕ। ਹਾਲਾਂ ਪਹਿਲਾਂ ਭੁੱਖ ਬਹੁਤ ਲੱਗੀ ਹੈ, ਫਿਰ ਕਰਦੇ ਹਾਂ ਗੱਲ। ਮੁੰਡਾ ਸਵਾਲ ਲੱਗਿਆ ਬਾਈ ਨੇ ਕਾਫੀ ਪੀਤੀ ਬਲੈਕ ਕਾਫੀ ਦੀ, ਕਹਿੰਦਾ ਦੁੱਧ ਤਾਂ ਨਹੀਂ। ਮੈਂ ਕਿਹਾ ਉਰੇ ਬੂਰੀ ਮੱਝ ਬੰਨੀ ਆ। ਕਹਿੰਦਾ ਵੇ ਨਹੀਂ ਸਵਾਦ ਆਇਆ, ਕਹਿੰਦਾ ਐਂ ਨਹੀਂ ਤਿੱਤ ਲੱਗਣਾ। ਮੈਂ ਕਿਹਾ ਭਾਈ ਛੱਕ ਜਾਵਣਾ, ਚੀਜ਼ ਵਾਲੀ 5-0 ਦੇ ਦਿੱਤੀ ਆ। ਮੈਨੂੰ ਤਾਂ ਸਵਾਲ ਲੱਗਿਆ ਮੋਜ਼ਰੀਲਾ ਚੀਜ਼ ਭਰ ਕੇ ਪਾਈ ਹੋਈ ਸੀ, ਜਿਵੇਂ ਸਲਾਈਸਾਂ ਹੀ ਨਹੀਂ ਹੁੰਦੀਆਂ, ਡੇਡੀ ਟੁਕੜੀਆਂ ਇੰਨੀਆਂ ਮੋਟੀਆਂ ਪਾ ਕੇ ਵਿੱਚ, ਅਤੇ ਥੋੜ੍ਹਾ ਜਿਹਾ ਟਮਾਟਰ ਪਾ ਕੇ ਫਿਰ ਬਣਾਇਆ ਹੋਇਆ, ਟੇਸਟੀ ਸੀ। ਉੱਪਰਲੇ ਪਾਸੇ ਲੱਗਿਆ ਹੋਇਆ ਸੀ ਗਾਰਲਿਕ ਬਟਰ। ਗਾਹ ਵਾਲਾ ਪਿਆ ਹੈਗਾ, ਥੱਕੇ ਵੀ ਬਹੁਤ ਪਏ ਆ ਲੋਕ। ਮੈਂ ਕਿਹਾ ਚੱਲ ਲਾਸਟ 'ਚ ਜਾਵਾਂਗੇ, ਜਾ ਕੇ 4 ਮੰਨੀਆਂ ਖਾ ਕੇ ਸੌਂ ਜਾਵਾਂਗੇ। ਟੀ ਸ਼ਰਟ ਚੇਂਜ ਕਰ ਲਈ ਸੀ ਕਿਉਂਕਿ ਉਹ ਗੰਦੀ ਹੋ ਗਈ ਸੀ ਥੋੜ੍ਹੀ ਜਿਹੀ, ਬਸ ਹੁਣ ਬੋਰਡ ਕਰ ਰਿਹਾ ਅੰਦਰ ਬੈਠ ਕੇ। ਹੁਣ ਚੱਲਣ ਲੱਗੀ ਆ ਫਲਾਈਟ, ਰੋਟੀ ਵਰਤਾਉਣ ਲੱਗ ਗਿਆ ਆਪਾਂ, ਛੱਕ ਦਿਆਂ ਹੁਣ। ਥੈਂਕ ਯੂ। ਇਹਨਾਂ ਦਾ ਰੈਗੂਲੋ ਹੀ ਹੋਰ ਸਮਾਨ ਮਾੜਾ ਮੋਟਾ ਦਿੱਤਾ ਨਾਲ, ਖਾਣਾ ਤਾਂ ਟੇਸਟੀ ਸੀ। ਚੱਕਣ ਲੱਗਿਆ ਬਾਹਰ, ਠੰਡ ਲੱਗੀ ਇੱਕੋ ਲੱਖ ਤਾਂ ਕੇ ਬਾਹਰ ਨੂੰ। ਹੁਣ ਜਮੀ ਬਾਹਰ ਜਾ ਕੇ ਦੇਖਦੇ ਕਿੰਨੀ ਠੰਡ ਹੈ। ਟੋਰਾਂਟੋ ਏਅਰਪੋਰਟ ਸੋਹਣਾ ਬਣਿਆ ਹੋਇਆ ਯਾਰ। ਤੋਰੋ ਹੁਣ ਵਿਨੀਪੈਗ ਵਾਸਤੇ ਜਾ ਰਹੇ ਹਾਂ, ਕੌਣ ਆ ਗਈ, ਬਸ ਹੁਣ ਜਾਂਦੇ ਹਾਂ ਬੋਰਡ ਕਰਾਉਂਦੇ ਹਾਂ। ਸੌਂ ਗਿਆ ਸੀ ਮੈਂ ਤਾਂ ਥੋੜ੍ਹੀ ਦੇਰ। ਲੈ ਬਈ ਚੱਲ ਪਏ ਵਿਨੀਪੈਗ ਵੱਲ, ਬਹਿ ਗਏ ਬਸ ਸੁਣਦੇ ਹਾਂ ਹੁਣ। ਫਾਈਨਲੀ ਡਨ, ਪਹੁੰਚ ਗਏ। ਮੇਰਾ ਬਲੌਗ ਵੀ ਕੰਪਲੀਟ ਹੋ ਗਿਆ, ਬਹੁਤ ਟਾਈਮ ਲੱਗ ਗਿਆ ਪਰ ਫਾਈਨਲੀ ਪਹੁੰਚ ਗਏ। ਸੋ ਹੁਣ ਸਰ ਪਹਿਲਾਂ ਟਿਮ ਹੋਟਨ ਦੀ ਕਾਫੀ ਕਿਵੇਂ ਆ ਦੇਖੀਏ। ਹੈਗੀ ਤਾਂ ਉਵੇਂ ਕੌੜੀ ਜੀ ਹੈ ਪਰ ਹੈਗੀ ਸਵਾਦ ਆ।